ਹੇ ਦੋਸਤੋ, ਤੁਸੀਂ ਦੇਖ ਰਹੇ ਹੋ ਬਾਕਸ ਆਫਿਸ ਗਿੱਲ, ਤੇ ਅੱਜ ਦੇਖਨੇ ਹਾਂ ਕਿ ਜੱਟ ਐਂਡ ਜੂਲੀਅਟ 3 ਨੇ ਆਪਣੇ ਰਿਲੀਜ਼ ਤੋਂ ਪਹਿਲਾਂ ਹੀ ਕਿਹੜੀਆਂ 3 ਵੱਡੀਆਂ ਫਿਲਮਾਂ ਦਾ ਰਿਕਾਰਡ ਪਾਸ਼-ਪਾਸ਼ ਕਰ ਦਿੱਤਾ ਹੈ, ਯਾਨੀ ਕਿ ਤੋੜ ਦਿੱਤਾ ਹੈ। ਤਾਂ ਦੱਸੀਏ ਕਿ ਇਸ ਫਿਲਮ ਦਾ ਜਿਹੜਾ ਐਡਵਾਂਸ ਬੁਕਿੰਗ ਦਾ ਬਾਕਸ ਆਫਿਸ ਕਲੈਕਸ਼ਨ ਹੈ ਉਹ ਹੋ ਗਿਆ ਹੈ ਐਨੀਮਲ ਮੂਵੀ ਤੋਂ ਵੀ ਜ਼ਿਆਦਾ, ਔਰ ਕਿਉਂਕਿ ਉਸਨੇ ਪੰਜਾਬ ਦੇ ਅੰਦਰੋਂ ਕੀਤਾ ਸੀ 80 ਲੱਖ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਐਡਵਾਂਸ ਬੁਕਿੰਗ ਦੀ ਮੱਦ ਵਿੱਚ। ਤੇ ਸੈਕੰਡ ਨੰਬਰ ਦੇ ਉੱਤੇ ਇਸ ਫਿਲਮ ਨੇ ਤੋੜ ਦਿੱਤਾ ਹੈ 2 ਦਾ ਵੀ ਰਿਕਾਰਡ, ਕਿਉਂਕਿ ਇਸ ਫਿਲਮ ਨੇ ਵੀ ਪੰਜਾਬ ਦੇ ਅੰਦਰੋਂ ਕੀਤਾ ਸੀ 1 ਕਰੋੜ ਰੁਪਈਆ ਬੁਕਿੰਗ। ਜਦਕਿ ਤੀਸਰੇ ਨੰਬਰ 'ਤੇ ਗੱਲ ਕਰੀਏ, ਆਪਣੀ ਲਾਡਲੀ ਅਤੇ ਪਿਆਰੀ ਫਿਲਮ ਹੈ ਕੈਰੀ ਔਨ ਜੱਟਾ 3, ਉਸ ਦਾ ਵੀ ਰਿਕਾਰਡ ਫਿਲਮ ਪਾਸ਼-ਪਾਸ਼ ਕਰ ਚੁੱਕੀ ਹੈ, ਕਿਉਂਕਿ ਉਸ ਫਿਲਮ ਨੇ ਵੀ ਆਪਣੇ ਰਿਲੀਜ਼ ਤੋਂ ਪਹਿਲਾਂ 1.20 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਕੱਠਾ ਕੀਤਾ ਸੀ। ਫਸਟ ਨੰਬਰ 'ਤੇ ਆ ਰਹੀ ਹੈ ਜੱਟ ਐਂਡ ਜੂਲੀਅਟ, ਸਾਰੇ ਹੀ ਰਿਕਾਰਡ ਬੀਟ ਕਰਕੇ। ਤੁਹਾਨੂੰ ਦੱਸੀਏ ਕਿ 34,000 ਟਿਕਟ ਇਹ ਫਿਲਮ ਹੁਣ ਤੱਕ ਫਰੋਖਤ ਕਰ ਚੁੱਕੀ ਹੈ, ਇਸ ਤਰ੍ਹਾਂ 1.5 ਕਰੋੜ ਰੁਪਏ ਦਾ ਬਾਕਸ ਆਫਿਸ ਕਲੈਕਸ਼ਨ ਇਹ ਫਿਲਮ ਇਕੱਠਾ ਕਰ ਚੁੱਕੀ ਹੈ ਐਡਵਾਂਸ ਦੀ ਮੱਦ ਵਿੱਚ। ਤਾਂ ਦੱਸੀਏ ਕਿ ਨੀਰੂ ਬਾਜਵਾ ਔਰ ਦਿਲਜੀਤ ਦੁਸਾਂਝ ਸਾਹਿਬ ਦੀ ਇਹ ਫਿਲਮ 7 ਸਾਲ ਬਾਅਦ ਮੁੜ ਕੇ ਰਿਲੀਜ਼ ਹੋਈ ਹੈ, ਯਾਨੀ ਕਿ ਇਸ ਫਿਲਮ ਦਾ 3ਰਾ ਪਾਰਟ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫਿਲਮ ਦਾ ਜਿਹੜਾ ਬਜਟ ਹੈ ਉਹ ਹੈ ਲਗਭਗ 15 ਕਰੋੜ ਰੁਪਈਆ, ਅਤੇ ਔਰ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਬਹੁਤ ਸਾਰੇ ਰਿਕਾਰਡ ਪਾਸ਼-ਪਾਸ਼ ਕਰਨ ਵਾਲੀ ਹੈ ਇਸ ਦਫ਼ਾ, ਔਰ ਬਾਕਸ ਆਫਿਸ ਕਲੈਕਸ਼ਨ ਦਾ ਟੇਬਲ ਮੁਕੰਮਲ ਚੇਂਜ ਹੋਣ ਵਾਲਾ ਹੈ। ਤੁਹਾਡੀ ਕੀ ਹੈ ਰਾਏ ਜੱਟ ਐਂਡ ਜੂਲੀਅਟ ਦੇ ਬਾਰੇ, ਔਰ ਤੁਹਾਨੂੰ ਕਿਤਨੀ ਹੈ ਪਸੰਦ ਜੱਟ ਐਂਡ ਜੂਲੀਅਟ ਫਿਲਮ? ਹੋ ਸਕੇ ਤਾਂ ਕਮੈਂਟ ਬਾਕਸ ਦੇ ਅੰਦਰ ਜ਼ਰੂਰ ਦੱਸਿਓ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਆਪਣਾ ਅਤੇ ਆਪਣੀ ਫੈਮਿਲੀ ਦਾ ਬਹੁਤ ਬਹੁਤ ਖਿਆਲ ਰੱਖਣਾ, ਔਰ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਣਾ।